किसानी अंदोलन तो बाद लोगों के जागरूकता आई है, लोग उठे ने, लोग अपने हकों लई लड़न लगे ने। पर मैनू जिवें दस रहे सी इत्थे नौजवान कहिंदे भाई इह 50 पिंडां दा इकट्ठ है, 50 पिंडां दे विच्चों लोग आए ने, पर 50 पिंडां दे हिसाब नाल उठने नहीं लगते। पिंड छोटे ने, चलो फिर भी मैं कहना जी आया नूं धन्नवाद आ हर इंसान का जिहड़ा अज अपनियां आउण वालियां नस्लां नूं बचाउण दे लई ਇਹ ਫੈਕਟਰੀ ਦੇ ਖਿਲਾਫ ਇਹ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਪਹੁੰਚਿਆ। ਇੱਕ ਅਹਿਮ ਸਵਾਲ ਹੈ ਜਿਹੜਾ ਮੈਂ ਬੜੇ ਲੰਬੇ ਸਮੇਂ ਤੋਂ ਕਰ ਰਿਹਾ ਹਾਂ ਕਿ ਇਹ ਜਿਹੜਾ ਹਮਲਾ ਹੈ ਇਹ ਹਮਲਾ ਕੋਈ ਆਮ ਹਮਲਾ ਨਹੀਂ ਹੈਗਾ। ਜੇ ਸਾਨੂੰ ਲੱਗਦਾ ਕਿ ਸਾਡੇ ਪਾਣੀਆਂ ਤੇ ਹਮਲਾ ਹੈ, ਸਾਡੀ ਬੋਲੀ ਤੇ ਹਮਲਾ ਹੈ, ਸਾਡੇ ਵਿਰਸੇ ਤੇ ਹਮਲਾ ਹੈ, ਸਾਡੇ ਇਤਿਹਾਸ ਤੇ ਹਮਲਾ ਹੈ, ਸਾਡੇ ਧਰਮ ਤੇ ਹਮਲਾ ਹੈ, ਤਾਂ ਸਾਡੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਇਹ ਹੈ ਕਿ ਇਹਨਾਂ ਲੋਕਾਂ ਨੂੰ ਲੰਮੇ ਸਮੇਂ ਤੋਂ ਲੈ ਕੇ ਸਾਡੀ ਜਿਹੜੀ ਸੱਭਿਅਤਾ ਹੈ, ਜਿਹੜੀ ਸਾਡੀ ਵਿਰਾਸਤ ਹੈ, ਜਿਹੜੀ ਸਾਡੀ ਅਡਰੀ ਪਹਿਚਾਣ ਹੈ, ਜਿਹੜੀ ਸਾਡੀ ਵਿਚਾਰਧਾਰਾ ਹੈ, ਇਹ ਹਮਲਾ ਉਹਦੇ ਉੱਤੇ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਫੈਕਟਰੀ ਲੱਗ ਗਈ ਸਾਡਾ ਪਾਣੀ ਪਲੀਤ ਕਰਤਾ। ਆਪਾਂ ਪਿੱਛੇ ਚਲੇ ਜਾਈਏ 47 ਚਲੇ ਜਾਈਏ ਤਾਂ 47 ਤੋਂ ਲੈ ਕੇ ਜੇ 47 ਦੀ ਗੱਲ ਕਰਦੇ ਹਾਂ 47 ਵੇਲੇ ਵੀ ਪੰਜਾਬ ਹੀ ਨਿਸ਼ਾਨੇ ਤੇ ਲਿਆ ਗਿਆ, ਪੰਜਾਬ ਹੀ ਵੱਡਿਆ ਟੁੱਕਿਆ ਗਿਆ, ਪੰਜਾਬ ਦੀ ਧਰਤੀ ਵੰਡੀ ਗਈ, ਪੰਜਾਬ ਦੇ ਪਾਣੀ ਵੰਡੇ ਗਏ, ਪੰਜਾਬ ਦੀ ਬੋਲੀ ਵੰਡੀ ਗਈ, ਪੰਜਾਬ ਦੇ ਲੋਕਾਂ ਦੇ ਕਤਲ ਹੋਏ। ਉਦੋਂ ਬਾਅਦ ਅੱਗੇ ਚਲੇ ਜਾਓ 66 ਦੇ ਵਿੱਚ ਆਪਾਂ ਦੇਖ ਲਓ ਫਿਰ ਪੰਜਾਬ ਨੂੰ ਵੱਢ ਟੁੱਕ ਲਿਆ ਗਿਆ, ਫਿਰ ਕਦੇ ਸਾਡੇ ਪਾਣੀ ਖੋਹ ਲਏ ਗਏ, ਕਦੇ ਡੈਮਾਂ ਦੇ ਪ੍ਰਬੰਧ ਖੋਹ ਲਏ ਗਏ। ਹੁਣ ਜਿਹੜਾ ਆਹ ਹਮਲਾ ਹੈਗਾ ਪਾਣੀ ਤੇ ਹਮਲਾ, ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਕਿੱਡਾ ਉੱਚਾ ਦਰਜਾ ਪਾਣੀ ਦਾ, ਪਵਨ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਓ ਦਾ ਦਰਜਾ ਦਿੱਤਾ ਗਿਆ। ਜੇ ਪਿਓ ਨਾ ਜਾਂਦਾ ਰਿਹਾ ਤੇ ਧਰਤੀ ਮਾਂ ਨਾ ਜਾਂਦੀ ਰਹੀ ਤਾਂ ਅਸੀਂ ਸਮਝ ਲਓ ਕਿ ਆਉਣ ਵਾਲੀਆਂ ਨਸਲਾਂ ਕਿਵੇਂ ਪੈਦਾ ਹੋਣਗੀਆਂ। ਇਹ ਸਾਡੀ ਧਰਤੀ ਮਾਂ ਤੇ ਵੀ ਹਮਲਾ ਹੈ ਤੇ ਸਾਡੇ ਪਿਓ ਨੂੰ ਵੀ ਖਤਮ ਕੀਤਾ ਜਾ ਰਿਹਾ। ਪਰ ਮੈਂ ਮੰਨਦਾ ਕਿ ਇਸ ਵਰਤਾਰੇ ਦੇ ਵਿੱਚ ਅਸੀਂ ਵੀ ਦੋਸ਼ੀ ਹੈਗੇ ਹਾਂ। ਆਪਾਂ ਕਿਵੇਂ ਦੋਸ਼ੀ ਹਾਂ? ਇੱਥੇ 70 ਦੇ ਦਹਾਕੇ ਦੇ ਵਿੱਚ ਹਰਾ ਇਨਕਲਾਬ ਆਇਆ, ਅਸੀਂ ਤਾਂ ਸੁਣਿਆ ਛੋਟੇ ਆ ਨਹੀਂ ਜੰਮੇ ਸੀ ਉਦੋਂ। ਹਰਾ ਇਨਕਲਾਬ ਆਇਆ, ਸਾਡੇ ਲੋਕਾਂ ਨੂੰ ਇਹ ਲੱਗਿਆ ਕਿ ਸਾਡੀਆਂ 20-20 ਮਨ ਦੀਆਂ ਫਸਲਾਂ 50-50 60-60 ਮਨ ਦੀਆਂ ਹੋਣ ਲੱਗ ਗਈਆਂ। ਸਾਡੇ ਲੋਕਾਂ ਨੇ ਜਿਹੜਾ ਦਵਾਈਆਂ ਜਿਹੜੀਆਂ ਸਪਰੇਹਾਂ ਜਿਹੜੇ ਰੇਹ ਦੁਨੀਆਂ ਭਰ 'ਚ ਪਾਬੰਦੀ ਆ ਉਹਨਾਂ 'ਤੇ, ਬਾਹਰਲੇ ਮੁਲਕਾਂ ਦੇ ਵਿੱਚ ਪਾਬੰਦੀ ਹੈ, ਵਰਤਣ ਦੇ ਉੱਤੇ ਜੁਰਮਾਨੇ ਹੁੰਦੇ ਨੇ, ਸਜ਼ਾਵਾਂ ਹੋ ਜਾਂਦੀਆਂ ਨੇ, ਕੈਦਾਂ ਹੋ ਜਾਂਦੀਆਂ ਨੇ, ਉਹ ਸਾਰਾ ਪੈਸਟੀਸਾਈਡ, ਉਹ ਸਾਰਾ ਜ਼ਹਿਰ ਆਪਾਂ ਆਹ ਧਰਤੀ ਦੇ ਲਿਆ ਕੇ ਸਿੱਟ ਲਿਆ। ਅੱਜ ਘਰ ਘਰ ਕੈਂਸਰ ਵੜ ਗਿਆ, ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਨੇ ਸਾਨੂੰ ਘੇਰ ਲਿਆ, ਜਾਉਂਦੇ ਜਵਾਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ, ਸਾਡੀ ਬੱਚਾ ਜੰਮਣ ਬੱਚਾ ਪੈਦਾ ਕਰਨ ਦੀ ਜਿਹੜੀ ਸਮਰੱਥਾ ਉਹ ਘੱਟ ਗਈ। ਇਹ ਕਿਹਦੀ ਦੇਣ ਆ? ਉਹ ਸਰੇ ਇਨਕਲਾਬ ਦੀ ਦੇਣ ਆ। ਆਹ ਮਾੜਾ ਜਿਹਾ ਮੀਂਹ ਨਹੀਂ ਪੈਂਦਾ, ਨਾਲ ਦੀ ਨਾਲ ਕਹਿ ਦਿੰਦਾ ਸਿਰ ਤੋਂ ਯੂਰੀਆ, ਚਾਹੇ ਲੋੜ ਹੀ ਨਾ ਹੋਵੇ। ਆਹ ਇੱਕ ਨਵਾਂ ਕੰਮ ਚੱਲਿਆ, ਤੁਸੀਂ ਦੇਖਿਆ ਨਾ ਵੀ ਕਿਵੇਂ ਇੱਕ ਇੱਕ ਪਿੰਡ ਦੇ ਵਿੱਚ ਲੱਖਾਂ ਰੁਪਈਆ ਨੁਕਸਾਨ ਹੋ ਗਿਆ। ਇੱਕ ਇੱਕ ਬੰਦਾ, ਇੱਕ ਵਿਚਾਰਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ, ਜਿਹਦੀਆਂ ਗਾਈਆਂ ਮਰ ਗਈਆਂ, ਉਹ ਬਿਮਾਰੀ ਫੈਲੀ ਹੋਈ ਹੈ। ਮੇਰਾ ਛੋਟਾ ਜਿਹਾ ਪਿੰਡ ਹੈ, 10-12 ਪਸ਼ੂ ਮੇਰੇ ਪਿੰਡ ਵੀ ਮਰ ਗਏ, ਕਈ ਪਿੰਡਾਂ ਦਾ 50-50 ਪਸ਼ੂ ਵੀ ਮਰ ਗਏ। ਪਰ ਤੁਸੀਂ ਐਂ ਦੇਖ ਲਓ ਦੂਜੇ ਪਾਸੇ ਹੱਥ ਖੜੇ ਕਰਿਓ ਜਿਹਨਾਂ ਨੇ ਚਾਰ ਪਾਇਆ, ਐਤਕੀ ਚਾਰ ਵਾਲੇ ਕਿੰਨੇ ਕਾ ਬਾਈ? ਸਾਰੇ ਹੋ। ਅਸੀਂ ਦੋਸ਼ ਦਿੰਦੇ ਹਾਂ ਕਿ ਇੱਥੋਂ ਦੇ ਕਾਰਪੋਰੇਟ ਲੋਕ ਨੇ, ਜਿਹੜੇ ਪੂੰਜੀਪਤੀ ਲੋਕ ਨੇ, ਵੱਡੇ ਘਰਾਣੇ ਨੇ ਜਿਹੜੇ, ਉਹ ਪੰਜਾਬ ਨੂੰ ਬਰਬਾਦ ਕਰ ਰਹੇ ਆ। ਇਹਨਾਂ ਨੇ ਪੰਜਾਬ ਦੀ ਆਬੋ ਹਵਾ ਖਰਾਬ ਕਰਤੀ, ਪੰਜਾਬ ਦਾ ਪਾਣੀ ਪਲੀਤ ਕਰਤਾ, ਪੰਜਾਬ ਦੀ ਧਰਤੀ ਜ਼ਹਿਰੀਲੀ ਕਰਤੀ,
पर उहदे विच दोषी असीं बराबर दे आ, बराबर दे नहीं मैं कहिंदा वध के आ। वध के क्यों आ? तुसीं देख लो सिर्फ इन्नी गल दा वी किथे बलद रखना पऊ, रेहड़ी बनाउणी पऊ, वढ के लिआउणे पैणगे। वढण वाले गोडे दुखण लग गए, गोडे दुखणी आ बई, जहरा खाने हो ਤੁਸੀਂ ਆਪ ਦੇਖ ਲਿਆ ਕਰੋ। ਕਹਿ ਕਹਿ ਕੱਟੇ ਯੂਰੀਆ, ਹੁਣ ਲੋਕਾਂ ਨੇ ਕਹਿ ਕਹਿ ਕੱਟੇ ਯੂਰੀਆ ਪਾਏ ਆ ਬਈ, ਮੱਕੀ ਜਿਹੜੀ ਬਣਾਈ ਆ ਚਾਰ, ਕੋਈ ਚਾਰ, ਕੋਈ ਪੰਜ, ਕੋਈ ਅੱਠ, ਕੋਈ ਦਸ, ਉਹ ਨਿਰਾ ਦੱਬ ਦਿੰਦੇ ਹੋ ਜਿਹੜਾ ਬਾਈ, ਉਹ ਬਾਈ ਥੱਲੇ ਉਂਗਲਾਂ ਕਰਦਾ ਕਹਿੰਦਾ ਅੱਠ ਪਾਏ ਆ ਸੱਤ। ਉਹ ਬਾਈ ਜਿਹੜੀ ਬੇਹੀ ਚੀਜ਼ ਆ, ਮੈਂ ਤੁਹਾਨੂੰ ਕਹਾਂ ਵੀ ਬਾਈ ਪਰਸੋਂ ਦੀ ਦਾਲ ਪਈ ਆ ਖਾ ਲਓ, ਖਾ ਲਓਗੇ? किथे सजरी चीज आ, किथे पता नहीं चार महीने, चार फल, पांच पांच महीने चार चली जांदा है। ओही पशुआं नूं पाई जांदे हो, ओही दुध असीं पीने आ, ते सानूं बीमारियां ने घेर लिया। पर दोषी कौन है? जवाब दिओ भाई। असीं कदे सोचिया? मैं कहना जिन्ना पंजाब दे विच कुदरत नाल खिलवाड़ पंजाब दे लोकां ने कीता है, चाहे धरती नूं जहरीला बनाउण च कीता होवे, चाहे रुख वढ़ण च कीता होवे, चाहे पानी नूं गंदला करन च कीता होवे। असीं पिछे जे रल्ले पिंड जाके आए, मास्टर जी रल्ला पिंड दे ने, जो घर रल्ला पिंड मानसा जिले च है, पिंड दा पानी, गलियां दा, सीवरेज दा पानी, जिन्ना गंद मंदा सारा पानी नहर च पई जांदा, सूए च पई जांदा, ओही पानी कहा पी जांदे आ। हुण इहदे लई वी दोषी आपां कह दिंदे सरकारां ने, पहला पानी जियो हा जित हरिया सब को। गुरबाणी की कहती है? केड़ा बंदा अमल करता है कि पानी वाला जीवन है? जे पानी दा दुनिया कायनात है, सृष्टि है, यह बनस्पति है, यह मनुख है, जीव जंतु है। इतने घरों लफाफा भर के लजाने गंद मान का जाए सपना, पता कितने है? कि सूए कस्सी या नाले या नहर च पेशाब भी बंदा करन खड़दा है, वह भी पानी च खड़ के मूतन लग जाता। ਇਹ ਬਈ ਐ ਨਹੀਂ ਪੰਜਾਬ ਬਚਣਾ ਜਿਵੇਂ ਸਾਨੂੰ ਲੱਗਦਾ ਨਾ ਕਿ ਚਾਰ ਬੰਦੇ ਉੱਠਣਗੇ ਪੰਜਾਬ ਬਚਾ ਲੈਣਗੇ। ਇਹ ਹਰ ਬੰਦੇ ਨੂੰ ਇਸ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਆ। ਇਹ ਸੋਚਣਾ ਪੈਣਾ ਕਿ ਪੰਜਾਬ ਮੇਰਾ ਤੇ ਮੈਂ ਪੰਜਾਬ ਦਾ, ਤੇ ਮੇਰੀਆਂ ਆਉਣ ਵਾਲੀਆਂ ਨਸਲਾਂ ਲਈ ਮੈਂ ਪੰਜਾਬ ਨੂੰ ਕਿਵੇਂ ਬਚਾਉਣਾ। ਦੁਸ਼ਮਣ ਲੱਗਿਆ ਹੋਇਆ, ਦੁਸ਼ਮਣ ਹਮਲੇ ਤੇ ਹਮਲਾ ਕਰ ਰਿਹਾ, ਦੁਸ਼ਮਣ ਸਾਡੀ ਵਿਚਾਰਧਾਰਾ ਨੂੰ, ਸਾਡੀ ਸੋਚ ਨੂੰ, ਸਾਡੀ ਅਣਖ ਨੂੰ, ਸਾਡੀ ਗੈਰਤ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ, ਸਾਡੀ ਨਸਲਕੁਸ਼ੀ ਕਰ ਦੇਣਾ ਚਾਹੁੰਦਾ ਹੈ। ਪਰ ਅਸੀਂ ਕਿਹੜਾ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ? ਕਿਉਂਕਿ ਆਪਾਂ ਇੱਥੇ ਰਹਿਣਾ ਹੀ ਨਹੀਂ। ਜਿਹੜੇ ਮਰਜ਼ੀ ਮੁੰਡੇ ਨੂੰ ਪੁੱਛ ਲਓ ਕੈਨੇਡਾ ਜਾਣਾ, ਜਿਹੜੇ ਮਰਜ਼ੀ ਪਰਿਵਾਰ ਨੂੰ ਪੁੱਛ ਲਓ ਕੁੜੀ 12 ਕਰ ਗਈ, ਫਾਇਲ ਲੱਗੀ ਪਈ ਆ, ਵੀਜ਼ਾ ਆ ਗਿਆ, ਇੰਟਰਵਿਊ ਆ ਗਈ, ਚੜ੍ਹ ਚੱਲੀ। ਅਸੀਂ ਤਾਂ ਬਾਈ ਘਰ ਨੂੰ ਉਦੋਂ ਬਚਾਵਾਂਗੇ, ਪੰਜਾਬ ਨੂੰ ਉਦੋਂ ਬਚਾਵਾਂਗੇ ਜਦੋਂ ਇਹ ਸੋਚਾਂਗੇ ਨਹੀਂ ਮੇਰਾ ਯਾਰ ਮੈਂ ਰਹਿਣਾ। ਆਪਾਂ ਆਮ ਤੌਰ ਤੇ ਦੇਖ ਲਓ ਬੰਦੇ ਨੇ ਘਰ ਛੱਡਣਾ ਹੋਵੇ, ਵੀ ਆਹ ਘਰ ਭਾਈ ਮੈਂ ਵੇਚਦਾ ਤੇ 6 ਮਹੀਨਿਆਂ ਦਾ ਛੱਡ ਜਾਣਾ, ਬੰਦਾ ਬਰੋਕਰ ਵੀ ਮਾਰਨੋਂ ਹਟ ਜਾਂਦਾ ਵੀ ਆਪਾਂ ਕਿਹੜਾ ਰਹਿਣਾ ਇੱਥੇ। ਸਫਾਈ ਛੱਡੋ, ਕੋਈ ਗੱਲ ਨਹੀਂ, ਜਿਹੜਾ ਆਊਗਾ ਹੁਣ ਆ ਫੈਕਟਰੀ ਹੈ, ਉਹ ਬੈਠੇ ਉਧਰ ਮਜ਼ਦੂਰਾਂ ਧਰਨਾ ਲਾਈ ਬੈਠੇ, ਇਹਨਾਂ ਨੇ ਲਵਾਤਾ। ਕਿਉਂਕਿ ਦੁਸ਼ਮਣ ਮੈਂ ਪਹਿਲੇ ਕਿਹਾ ਬਹੁਤ ਚਲਾਕ ਵੀ ਹੈ, ਸਾਡੇ ਆਪਸ ਵਿੱਚ ਕਿਵੇਂ ਟਕਰਾ ਕਰਾਉਣਾ ਹੈ, ਕਿਵੇਂ ਲੜਾਉਣਾ ਹੈ ਇਹ ਜਾਣਦੇ ਹੈ। ਇਹਨਾਂ ਨੇ ਸਾਨੂੰ ਵੱਖ ਵੱਖ ਫਿਰਕਿਆਂ ਦੇ ਵਿੱਚ ਜਾਤਾਂ ਮਜ਼ਬਾਂ ਦੇ ਵਿੱਚ ਪਾ ਕੇ ਕਿਵੇਂ ਲੜਾਉਣਾ ਹੈ, ਕਿਵੇਂ ਏਕਾ ਤੋੜਨਾ ਹੈ, ਅੱਜ ਦਾ ਵਰਤਾਰਾ ਨਹੀਂ। ਇਹ ਬਹੁਤ ਚਲਾਕ ਨੇ, ਸਮਝੇ ਹੋਏ ਲੋਕ ਨੇ, ਅੱਡ ਲਵਾਤਾ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਉਹ ਭਰਾਵੋ ਤੁਹਾਡੇ ਵੀ ਜਵਾਕਾਂ ਨੇ ਪਾਣੀ ਪੀਣਾ ਹੈ, ਤੁਹਾਡੇ ਵੀ ਜਵਾਕਾਂ ਨੇ, ਤੁਸੀਂ ਵੀ ਇਸ ਧਰਤੀ ਤੇ ਰਹਿਣਾ, ਤੇ ਜੇ ਤੁਹਾਨੂੰ ਭੁਲੇਖਾ ਹੈ ਵੀ ਸਾਡਾ ਰੁਜ਼ਗਾਰ ਮਰੂਗਾ, ਉਹ ਰੁਜ਼ਗਾਰ ਪਹਿਲੇ ਤੁਹਾਡੇ ਪੱਲੇ ਹੈ ਨਹੀਂ। ਜਿੰਨੀਆਂ ਮਰਜ਼ੀ ਪੰਜਾਬ ਦੀਆਂ ਫੈਕਟਰੀਆਂ, ਕਾਰਖਾਨੇ, ਭੱਠੇ, ਟੋਲ ਪਲਾਜੇ, ਜਿੱਥੇ ਮਰਜ਼ੀ ਲਾ ਕੇ ਦੇਖ ਲਓ, ਯੂਪੀ, ਬਿਹਾਰ, ਬੰਗਾਲ ਆ ਕੇ ਬਹਿ ਗਿਆ। ਇਹ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਰੁਜ਼ਗਾਰ ਪੈਦਾ ਕਰਨਗੇ? ਆਹ ਤੁਹਾਡੇ ਕੋਲੇ ਫੈਕਟਰੀ ਹੈ, ਤੁਸੀਂ ਆਪ ਦੇਖ ਲਿਓ ਵੀ ਕਿੰਨਾ ਯੂਪੀ ਬਿਹਾਰ ਦਾ ਭਈਆ ਬੈਠਾ ਹੋਊ ਇੱਥੇ। ਅੱਸੀ% ਭਈਏ ਬੈਠੇ ਆ ਨਾ, ਤੇ ਉਹਨਾਂ ਮਜ਼ਦੂਰਾਂ ਨੂੰ ਕਹਿਣਾ ਚਾਹੀਦਾ ਜਿਹੜੇ ਅੱਡ ਸਾਡੇ ਕੋਲੋਂ ਅੱਡ ਹੋ ਕੇ ਬਹਿ ਗਏ ਸਿਰਫ ਕਿਸੇ ਲਾਲਚ ਕਰਕੇ, ਹਾਂਜੀ, ਉਹ ਕਿਹੜਾ ਸਾਰੀ ਉਮਰ ਦੇ ਦੇਣਗੇ? ਉਹਨਾਂ ਦਾ ਮਕਸਦ ਇਹ ਆ ਵੀ ਧਰਨੇ ਨੂੰ ਦੇਖੋ,
जे दस्या मुंडे ने कहना भाई एक दिन टकरा हुंदा हुंदा इत्थे बचे है तो टकरा चाहते है ये प्रशासन भी चाहता है कि टकरा हो गए लोगों लड़ा के छाद गए पर मैं उन्होंने भी कहना होंगे कि सोडा रुजगार थोड़े पल्ले कख नहीं रहना ये सारे रुजगार के तहे काम कार के उत्ते बहरले बंदे आके कागज हो ही जाते हैं अभी पिछे जे हो गए 15-20 दिन पंजाब के मुख्यमंत्री भगत सिंह मान को मिलन गए खुद पंजाब का मुख्यमंत्री गल मनता है तो अस ये गल चकते हैं कि लुधियाने का गंदा नाला जिहड़ा बुढ़ा दरिया से हुण गंदा नाला बन गया सतलुज पिंड है जिहड़ियां फैक्ट्रियां जिहड़े कारखाने पूरे भारत च बंद है पूरे भारत च पाबंदी है ला नहीं सकते वह हजारों फैक्ट्री घट्टो घट 10,000 फैक्ट्री कल्ले लुधियाने च लाकर सारा जहरीला पानी सतलुज पाया जा रहा है आ गए असि इन्हों पिंड हबोर फाजिलका जलालाबाद लोगों एक घर छड़ के दूजे घर बीमारी है एक पिंड 100-100 मरीज पिया जाते जवाकों बीमारियां होंगे पाया क्योंकि पानी सारा सतलुज इतने आके हरीके पत्तों को अगे पीते हैं खुद भगवंत सिंह मान ने गल मनिया कि असि आप मरते हैं उन्होंने एक ना भी लिया जो मैं के आर बी एल फैक्ट्री का ना लिया धूरी वाली का मैं ट्राइडेंट का ना लिया धौले वाली का मैं क्या इन्ना पानी ट्राइडेंट धौले फैक्ट्री का सूए का पूरा बनिया सूआ फैक्ट्री चाहता है उदू बाद पता ही लगता किधर चलिया जाता है जिवें तुसीं इत्थे मैनूं दस्सिया के यह फैक्ट्री 70 लाख लीटर पानी रोज कढ़दी है धरती हेठ आ देखो दूआ नुकसान कर रहे हैं पानी कढ़ भी रहे हैं मैं तो यह कहना है मेरे बड़े चिर का मेरा हुक्क है मैं 2010-11 च गल बोलिया कि पंजाब के लोगों साडा पानी मुक जाना लोग मैं मजाक करते मखौल करते कि पानी किवें मुक जूगा ये पंजा पानिया की धरती है गुरुआ की धरती है हुण तां साफ हो गया सारे विज्ञानियों ने बुद्धिजीवियों ने खोजा करने वाले ने गल सिद्ध करती है पंजाब को 15-17 साल का पानी बचे पर असी हले भी सुते पए हाँ क्यों नहीं असं इस गल से जोर लाते कि झोने का बदल दौ भी पानी बहुत बर्बाद होंगे है पर कई गुणा पानी बर्बाद लोग करते हैं तो देखो ये फैक्ट्री गिरे वाली जो 70 लाख लीटर पानी एक दंदा कढ़ते हैं तो जाता कितने है पहला इन्होंने नाम सोड़िया खंड मिल है खंड मिल के 45 किले लग्या हुआ जंगल वह सारा तबाह करता क्यों जहरीला कैमिकल का पानी से जिन्ने रुख खड़े थे वह सारे खत्म करते उधरों बंद करके हम 70 लाख लीटर पानी जी वेस्टेज है वाधू पानी है फालतू पानी है जहरीला पानी है कैमिकल का पानी है भारिया तांत वाला पानी है वह कितने पा रहे हैं धरती हेठ आ दिखाई भाई बोतल आ पानी निकलिया कहते जिते इतने मइया वाले पिंड बोर किया गया तो यह पानी कहते थल निकलिया हम एक सवाल बड़ा है मैं एक सवाल होर बड़ा है मैं सरकार नूं करना चाहना कि सरदार भगत सिंह मान ने पंजाब के मुख्यमंत्री ने गल कही सी जिते साडी सरकार आ गई कोई धरना नहीं लगेगा उहदी कोठी मूहरे संदूर भी बेचारे बैठे है जिहड़े पता नहीं कै सालां डांगा खाई जांदे है रुजगार लई नौकरी लई डिग्रियां डिप्लोमे हत्थां 'च लै के बैठे है ते 15 दिन भरावो सोनू हो गए बैठिया नूं ते दीप मल्होत्रा कौन है ये बादलों का खासम खास है ये चोन भी लड़िया ही बादलों वालों उही दीप मल्होत्रा है ते अज ये सरकार का भी खासम खास है हुण जे तुहानू की लगता है कि सोडे पानियां बारे कौन सोचूगा सोडे पानियां बारे राजसभा जाके कौन बोलूगा जिहड़ा लुधियाने तों गया जिहदियां आपदियां पता नहीं किन्नियां फैक्ट्रियां ने किन्ने कारखाने है जो सतलुज पानी पाते हैं वह जाके राजसभा कहूगा भी पंजाब दे विच आ फैक्ट्रियां बंद कर दो आ जहरीला पानी पैना बंद कर दो पर मैं कहना लोगों का भी कसूर ने लोगों ने एक बदलाव लिया सी पंजाब की बेहतरी लई अपने आने वाले चंगे भविख के लिए आने वाली नस्लों के लिए पर साडे लिए बदलाव नहीं आया भरावो जिवें पहला मेरा साथी भाना कह के गया कि चेहरे बदल गए पगां दे रंग बदल गए नीतियां उही ने जो दिल्ली तो चलदियां ने अज भी उही आ तुहाडे कोल इत्थे मैं सुनिया बाईआं तो कहिंदे आया सी एम एल ए जीरे वाला कह के गया कि लोको मैं तुहाडे नाल आ
फिर जे भरावा नाल है फिर कह भगवंत मान नू जाके कि कर फिल्टरी बंद 15 हो गए आके बैठिया नू कोई टीम आई कोई प्रदूषण कंट्रोल बोर्ड आए आए कोई नेशनल ग्रीन ट्रिब्यूनल आए आए मैं वो सुना यार गल खुद भगवंत ने कही के घावदा फैक्ट्री है भगवंत खुद मनिया क्या तुम ये देखो 8 या 10 इंची बोर नहीं एने इन्ने चौड़े चौड़े बोर है सीधा पानी थले पाई जाते क्या साडे मुलाजम जाते हैं पहले ही क्या उन्होंने मुलाजमान गंढ लेंदे है अफसर गंढ लेंदे पैसे पूछते हैं चाह पै के दफ्तर ची मोड़ देंगे ये गल पंजाब का मुख्यमंत्री मान रहे पता फिर जे पता तो हल क्यों नहीं यार मसला तो यह है सवाल तो यह है इस करके बई हुण ठीक है तुसीं बैठे हो यह लम्मा जा सकता देखो दिल्ली आप साल भर बैठे रहे कट्ठे हो गए सारे बड़िया उतरा चढ़ा बड़ी सरकार कदे कदम पिछे कदे 4 कदम पिछा अगे पिछे हुंदा रहा कम हुण भी यह आई होना यह देखणगे जो कि हर ढंग हर तरीका अपनाउणगे ताडे विचों बंदियां नूं पटण दी कोशिश भी करनगे भी आया यार अज मैनू मेरे मुंडे दा साथी दा फोन आया मानसा तो कहना भाई फैक्ट्री वाले गल करना चाहते आ उन्होंने कल पता मैं आना मैं कहना उत्थे ना मैं संघर्ष लड़ रहा भाई ना मेरी कमेटी है उत्थे कमेटी बनी है लोग लड़ रहे उन्होंने गल कर लिया जी आगे करनी है कट मेरे ना गल की करनी है जाने हर बंदे इन्होंने भरमाना है लालच भी देना बिचों थड़काने भी है लोग डराने भी है तो बहुत तरह के हथ कंडे अपना पर मैं तुहानू कहना चाहना दसना चाहना तुहाडा एका तुहाडियां आने वालियां नस्लों नू बचा सकदा जे चाहुंदे आ जे ठीक है भी इत्थे 4 दिन आए फिर अक गए थक गए हल तां हुंदा नहीं हल दा मोदी कहड़ा भला दा हल हो जूगा आपां कहिंदे सोचिया सी इह गल जो जा इत्थों दिल्ली नू चले सी भी एडा वड्डा मोर्चा बन जाणा जिहदियां गल्लां पूरी दुनिया च होणियां ने इतिहासक अंदोलन साडे पंजाब दे ते बाकी सूबे दे लोकां ने नाल रल के लड़िया हो ते ओह मोदी जिहड़ा इहदे बारे इहदे इतिहास च कहता सी कि इह इक कदम पिछे नहीं हटदा ओहनू लोग साडे हरा के आए आ इह साडे एके ते खड़ी आ साडे सबर ते खड़ी आ इह साडे इम्तिहान दी घड़ी आ सो भाई जिन्ने तुसीं आए हो मेरियां मावां आईआं भैणां आईआं नौजवान आए आ बजुर्ग आए आ तुहानू इही कहना चाहुंदे आ कि भाई इक तां सबर रखियो तहमल रखियो एकता रखियो ते दूजी गल मैं इत्थों सरकार नूं कह देना चाहुंदा स्टेज दे उत्तों कि जे कल नूं किसे माहौल बिगड़दा कोई टकरा हुंदा इहदी जिम्मेवार सरकार है इहदा जिम्मेवार इत्थों दा SSP आ इत्थों दा DC इत्थों दा प्रशासन है इत्थों दा दीप लोत्रा दा हैगा ही है पर एवें थोड़ी दीप लोत्रे कोले भाई जी दीप लोत्रे कोले उहदे नाल पंचे नहीं दसे सारिया त्योच ही रही चाहे बादलों की सरकार हो चाहे कांग्रेस की हो चाहे हम झाड़ू की होता पंजाब अद्धे पंजाब के ठेके दीप लोत्रे को मन गए की पुछ गए यार हाँ वो जी पॉलिसी पहला आप गल करके बुलारे ने बोलिया कि जी पॉलिसी इन्होंने जोर पा के दिल्ली सरकार के उत्ते पॉलिसी बदलाती जी शराब वाली नीति सी यह ਇਹ ਸਾਨੂੰ ਭੁਲੇਖਾ ਕਿ ਇਹ ਜਿਹੜੀ ਸਰਕਾਰ ਆ ਜਾਂ ਇਹ ਜਿਹੜੇ MLA ਮੁੱਖ ਮੰਤਰੀ ਆ ਜਾਂ ਮੰਤਰੀ ਆ ਲੋਕਾਂ ਦੇ ਨੇ ਇਹ ਭਰਾਵੋ ਉਹਨਾਂ ਦੇ ਹੱਥਾਂ 'ਚ ਖੇਡਣ ਵਾਲੇ ਲੋਕ ਆ ਇਹ ਸਾਨੂੰ ਸਮਝਣਾ ਚਾਹੀਦਾ ਜੇ ਨਾ ਹੁੰਦੇ ਤਾਂ ਅੱਜ 15 ਲੋਕ ਇੱਥੇ ਰੋਲ ਰਹੇ ਆ ਉੱਤੋਂ ਮੀਂਹ ਵੀ ਪੈਂਦਾ ਰੋਜ਼ ਆਪਾਂ ਦੇਖਦੇ ਮੀਂਹ ਆ ਜਾਂਦਾ ਉਹਦੇ ਬਾਵਜੂਦ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਡਟੇ ਹੋਏ ਹੋ ਤਾਂ ਕੋਈ ਵੀ ਸਰਕਾਰ ਦਾ ਵੱਡਾ ਬੰਦਾ ਇੱਥੇ ਆ ਕੇ ਤੁਹਾਡੇ ਨਾਲ ਗੱਲ ਕਰਨ ਹਾਲੇ ਤੱਕ ਕਿਉਂ ਨਹੀਂ ਆਇਆ ਆਇਆ ਬਾਈ ਨਹੀਂ ਬਾਈ ਕੋਈ ਨਹੀਂ ਆਇਆ ਬਾਈ ਧਰਨਾ ਚਕਾਉਣਾ ਹੁੰਦੇ ਆ ਤੁਸੀਂ ਭਾਈ ਅਸੀਂ ਆਪਦੇ ਤੌਰ ਤੇ ਇਹੀ ਕਹਿਣਾ ਚਾਹੁੰਦੇ ਆ ਅਸੀਂ ਤੁਹਾਡੇ ਨਾਲ ਜਿਹੜਾ ਮਰਜ਼ੀ ਵੱਡਾ ਸੱਦਾ ਦੇ ਦਿਓ ਪੂਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਥੇ ਲਿਆਵਾਂਗੇ ਉਹੀ ਮਾਹੌਲ ਦੇ ਦਿੱਲੀ ਵਾਲਾ ਮਾਹੌਲ ਬਣਾਉਣਾ ਪੈਣਾ ਤਾਂ ਜਾ ਕੇ ਇਹ ਮਸਲਾ ਹੱਲ ਹੋਣਾ ਮੈਂ ਫਿਰ ਅਖੀਰ ਤੇ ਕਹਿਣਾ ਕਿ ਜੇ ਭਰਾਵੋ ਪਾਣੀ ਨਾ ਬਚਿਆ ਧਰਤੀ ਹੇਠਲਾ ਵੈਸੀ ਡੂੰਘਾ ਜਾ ਚੱਲਿਆ ਗਿਆ ਸਾਡੇ ਕੋਲੋਂ ਖਤਮ ਹੋ ਜਾਣਾ ਰਹਿੰਦਾ ਖੂੰਦਾ ਜਿਹੜਾ ਦਰਿਆਵਾਂ ਦਾ ਪਾਣੀ ਹੈ ਨਹਿਰਾਂ ਦਾ ਪਾਣੀ ਹੈ ਸੂਇਆਂ ਕੱਸੀਆਂ ਦਾ ਪਾਣੀ ਹੈ ਉਹ ਜ਼ਹਿਰੀਲਾ ਕਰਤਾ ਉਹ ਇੰਨਾ ਦੂਸ਼ਿਤ ਕਰਤਾ ਕਿ ਪੀਣ ਯੋਗ ਰਿਹਾ ਹੀ ਨਹੀਂ
ਆਉਣ ਵਾਲਾ ਸਮਾਂ ਸਾਡਾ ਬੜਾ ਭਿਆਨਕ ਹੈ। ਇਹ ਬਹੁਤ ਵੱਡਾ ਇੱਕ ਮਾਰੂਥਲ ਬਣ ਜਾ ਰਿਹਾ ਪੰਜਾਬ। ਮਾਰੂਥਲ ਉਹ ਨਹੀਂ ਵੀ ਰਾਜਸਥਾਨ ਵਾਲਾ, ਇੱਕ ਜ਼ਹਿਰੀਲਾ ਮਾਰੂਥਲ ਬਣਨਾ ਹੈ, ਕਿਉਂਕਿ ਚੱਪੇ ਚੱਪੇ ਦੀ ਧਰਤੀ ਦੇ ਉੱਤੇ ਆਪਾਂ ਜ਼ਹਿਰਾਂ ਹੀ ਜ਼ਹਿਰਾਂ ਸਿਰਤੀਆਂ। ਇਹਨੂੰ ਫਰਜ਼ ਸਾਡਾ ਕਿ ਨਸਲਾਂ ਨੂੰ ਕਿਵੇਂ ਬਚਾਉਣਾ ਹੈ, ਇਹ ਸੱਭਿਆਤਾ ਨੂੰ ਵਿਰਾਸਤ ਨੂੰ ਕਿਵੇਂ ਬਚਾਉਣਾ ਹੈ, ਧਰਤੀ ਕਿਵੇਂ ਬਚਾਉਣੀ ਹੈ ਤੇ ਪਾਣੀ ਕਿਵੇਂ ਬਚਾਉਣੇ ਹੈ। ਇਹ ਬਹੁਤ ਲੰਬੀ ਪਹਿਲਾਂ ਲੜਾਈ ਸਾਨੂੰ ਲੜਨੀ ਚਾਹੀਦੀ ਸੀ। ਅੱਜ ਵੀ ਬੰਦੇ ਮੰਨਣ ਨੂੰ ਤਿਆਰ ਨਹੀਂ। ਜੇ ਪਹਿਲਾਂ ਰਧਾਵਾ ਕਹਿ ਗਿਆ ਕਿ ਮੀਂਹ ਆ ਜਾਂਦੇ ਆ, ਲੋਕ ਇੰਨਾ ਪਾਣੀ ਇਕੱਠਾ ਹੋਇਆ ਫਿਰਦਾ, ਇੰਨਾ ਗਲੀਆਂ ਤੁਰਿਆ ਫਿਰਦਾ, ਸੜਕਾਂ ਤੁਰਿਆ ਫਿਰਦਾ, ਪਾਣੀ ਕਿਵੇਂ ਮੁੱਕ ਜੂ? ਇਹ ਪਾਣੀ ਕਦੇ ਕੰਮ ਤੇ ਨਹੀਂ ਬਾਈ, ਨਾ ਇਹ ਪਾਣੀ ਨੂੰ ਅਸੀਂ ਸਾਂਭਿਆ। ਕਦੇ ਛੱਪੜ ਅਸੀਂ ਬੰਦ ਕਰ ਲਏ, ਅੱਗੇ ਸਾਡੇ ਕੋਲ ਮਾੜੇ ਮੋਟੇ ਸਾਧਨ ਸੀਗੇ, ਉਹ ਛੱਪੜ ਕੋਈ ਟੋਏ ਕੋਈ ਢਾਬਾ ਪੰਗਾਂ ਹੁੰਦੀਆਂ ਸੀ, ਉਹਨਾਂ ਰਾਹੀਂ ਪਾਣੀ ਧਰਤੀ ਹੇਠਾਂ ਚਲਿਆ ਜਾਂਦਾ ਸੀਗਾ, ਉਹ ਵੀ ਆਪਾਂ ਬੰਦ ਕਰਤੇ ਪੂਰਤੇ ਸਾਰੇ ਭਰਤੇ। ਹੁਣ ਤਾਂ ਸਿੱਧਾ ਇਹ ਨਾਲਿਆਂ 'ਚ, ਗੰਦਿਆਂ 'ਚ, ਉਹ ਤੋਂ ਬਾਅਦ ਡਰੇਨਾਂ 'ਚ ਬਸ ਐਂ ਤੁਰਿਆ ਜਾਂਦਾ। ਹੇਠਲਾ ਪਾਣੀ ਅਸੀਂ ਲਗਾਤਾਰ ਕੱਢੀ ਜਾਂਦੇ ਹਾਂ। ਆਪਾਂ ਬਾਦਲ ਨੇ ਭੱਠਾ ਵਹਾਇਆ ਬਿਜਲੀ ਮੁਫ਼ਤ ਕਰਕੇ, ਹੱਕ 'ਚੋਂ ਬਿਜਲੀ ਮੁਫ਼ਤ ਦੇ ਵਧੀਆ ਨਹੀਂ ਨਹੀਂ ਉਹੀ ਕਹੀ ਜਾਂਦਾ ਬਾਈ ਤੁਸੀਂ ਮੁਫ਼ਤ ਨਹੀਂ ਹੈਗੇ। ਹਾਂ ਮੈਂ ਇੱਥੇ ਤੁਹਾਨੂੰ ਦੱਸਦਾ, ਜਦੋਂ ਕਿਹਾ ਵੀ 364 ਮੀਟਰ ਤੇ ਮਾਫ਼ ਹੈ ਤੇ ਕੰਗਣ 3 ਮੀਟਰ ਲਵਾ ਲੈ ਕਰੇ, ਵੀ 900 ਯੂਨਿਟ ਮਾਫ਼ ਹੋ ਜਾ ਕਰਨੀ ਆ। ਤੁਹਾਡੇ ਇੱਥੇ ਸੋਚ ਖੜੀ ਆ। ਮੇਰੇ ਪਿੰਡ ਦਾ ਇੱਕ ਮੁੰਡਾ ਬਿੰਦਰ, ਮੈਂ ਪਿੱਛੇ ਮਾਇਆ ਬਦਲਾ ਵਾਲੇ ਬੰਦੇ ਨੂੰ ਵੋਟ ਪਾਇਓ, ਕਹਿੰਦਾ ਬਾਈ ਸਾਡਾ ਮੀਟਰ ਦਾ ਬਿੱਲ ਆਉਣ ਲੱਗ ਜੂ, ਮੋਟਰ ਦਾ ਅਸੀਂ ਤਾਂ ਨਹੀਂ ਪਾਉਂਦੇ, ਤਾਂ ਬਾਲਾਂ ਨਹੀਂ ਪਾਵਾਂਗੇ। ਤੇ ਸਾਡੀ ਸੋਚ ਨਹੀਂ ਯਾਰ ਕਿੱਧਰ ਨੂੰ ਗਈ ਕਹਾਣੀ। 16.5 ਲੱਖ ਬੋਰ ਆ ਪੰਜਾਬ 'ਚ, ਤੇ ਜਿਹੜਾ 70-80 ਦੇ ਵਿੱਚ 90,000-95,000 ਹੁੰਦਾ ਸੀ, ਕਿੱਲੇ ਕਿੱਲੇ ਦੇ ਮੋਟਰ ਲਾ ਦੀ, ਕਿਉਂਕਿ ਬਿਜਲੀ ਮੁਫ਼ਤ ਹੈ, ਬਿੱਲ ਕੋਈ ਭਰਨਾ ਨਹੀਂ, ਆਟੋਮੈਟਿਕ ਛੱਡਿਆ ਘਰੇ ਆ ਜਾਂਦੇ ਆ, ਉਹ ਤੜਕੇ ਨੂੰ ਗਵਾਂਢੀਆਂ ਦਾ ਵੀ ਭਰਿਆ ਪਿਆ ਹੁੰਦਾ। ਅਸੀਂ ਖੁਦ ਵੀ ਜ਼ਿੰਮੇਵਾਰ ਹੈਗੇ ਹਾਂ, ਅਸੀਂ ਨਹੀਂ ਕਦੇ ਬੋਲੇ, ਪਤਾ ਨਹੀਂ ਕਿਹੋ ਜਿਹੀ ਸਾਡੀ ਮੱਤ ਹੋ ਗਈ, ਕਿਹੋ ਜਿਹੀ ਸਮਝ, ਕਿਹੋ ਜਿਹੀ ਸੋਚ ਬਣ ਗਈ, ਕਿਉਂਕਿ ਪ੍ਰਚਾਰ ਹੀ ਨਹੀਂ ਇਹੋ ਜਿਹੇ ਹੋਏ ਵੀ ਨਹੀਂ ਯਾਰ ਸਾਡੀਆਂ, ਅਸੀਂ ਕਿਹਦੇ ਕਰਕੇ ਹਾਂ? ਜੇ ਸਾਡੇ ਵੱਡ ਵਡੇਰਿਆਂ ਨੇ ਸਾਡੇ ਲਈ ਸੋਚ ਹੁੰਦੀ, ਅੱਜ ਹਰ ਬੰਦੇ ਦੀ ਸੋਚ ਕੀ ਹੈ? ਆਪਾਂ ਕੀ ਲੈਣਾ, ਮੈਂ ਕੀ ਲੈਣਾ, ਮੈਂ ਇਕੱਲਾ ਕੀ ਕਰ ਦੂੰਗਾ? ਨਹੀਂ, ਇਕੱਲੇ ਇਕੱਲੇ ਬੰਦਿਆਂ ਨੇ ਇੱਥੇ ਜੁੱਗਾਂ ਨੂੰ ਪਲਟੇ ਮਾਰੇ ਹੈ, ਇਤਿਹਾਸ ਬਦਲੇ ਹੈ। ਜੋ ਇਕੱਲੇ ਇਕੱਲੇ ਬੰਦੇ ਤੁਰਦੇ ਆ, ਲੋਕ ਜੁੜਦੇ ਆ, ਕਾਫਲੇ ਬਣਦੇ ਤੁਰੇ ਜਾਂਦੇ ਆ, ਫਿਰ ਜੰਗਾਂ ਜਿੱਤੀਆਂ ਜਾਂਦੀਆਂ ਨੇ। ਐ ਨਾ ਹੌਸਲਾ ਢਾ ਕੇ ਮੈਂ ਕੀ ਕਰ ਦੂੰ ਇਕੱਲਾ, ਨਹੀਂ, ਇਕੱਲਾ ਬੰਦਾ ਵੀ ਅਰਜੇ ਬਹੁਤ ਹੁੰਦਾ। ਪਰ ਇਹ ਸੋਚ ਹੋਣੀ ਚਾਹੀਦੀ ਅੰਦਰ ਵੀ ਨਹੀਂ ਯਾਰ, ਆਪਾਂ ਦੂਜੇ ਦੇ ਮੋਢੇ ਤੇ ਰੱਖ ਕੇ ਚਲਾ ਗਏ, ਇਹ ਸੋਚ ਕੇ ਨਹੀਂ ਯਾਰ ਮੈਂ ਲੜੂੰਗਾ, ਮੈਂ ਬੋਲੂੰਗਾ, ਨਾ ਮਰਜ਼ੀ ਆ ਜੇ। ਪਰ ਜੇ ਕੋਈ ਸਿਆਸੀ ਬੰਦਾ ਆਉਂਦਾ ਹੈ, ਉੱਠ ਕੇ ਸਵਾਲ ਕਰਦੇ ਕਰੋਗੇ? ਮੈਨੂੰ ਆਹ ਉੱਥੇ ਇੱਕ ਦੋ ਹੁੰਦੇ ਆ ਕਰਨ ਵਾਲੇ, ਬਾਕੀ ਚੁੱਕਣ ਵਾਲੇ ਹੁੰਦੇ, ਕੋਈ ਨੀ ਕੋਈ ਨੀ ਯਾਰ, ਕੋਈ ਗੱਲ ਨੀ। ਉਹ ਮੱਤੇ ਵਾਲੇ ਸਾਡੇ ਨਾਲ ਆਈ ਹੋਇਆ, ਉਹ ਜਿੱਥੇ ਕਾਂਗਰਸੀ ਵੀ ਆ ਗਏ, ਮੈਂ ਕਿਹਾ ਉਹੀ ਨਾ ਯਾਰ ਜਿਹੜੇ ਇੰਦਰਾ ਗਾਂਧੀ ਟੱਕ ਲਵਾਉਂਦੇ ਹੁੰਦੇ ਸੀ, ਅੱਜ ਇਹ ਜੰਗਲ ਦੇ ਪਾਣੀ ਬਚਾਉਣ ਆ ਗਏ, ਉਹ ਵਿੱਚੋਂ ਸਾਨੂੰ ਹੀ ਰੋਕਣ ਆਏ ਸੀ। ਉਹ ਨਾ ਨਾ ਯਾਰ ਐਂ ਨਾ ਬੋਲ, ਐਂ ਨਾ ਕਰਿਆ ਕਰੋ ਬਾਈ, ਜਿੱਥੇ ਗੱਲ ਇਹ ਸਾਡੇ ਪੰਜਾਬ ਦੀ, ਤੁਹਾਡੇ ਭਵਿੱਖ ਦੀ ਗੱਲ, ਆਉਣ ਵਾਲੇ ਨਸਲਾਂ ਦੀ ਗੱਲ ਹੈ, ਉੱਥੇ ਇਕੱਠੇ ਹੋ ਕੇ ਲੜੋ, ਕਰੋ, ਆਪਣੀ ਜ਼ਮੀਰਾਂ ਨੂੰ ਜਗਾਓ, ਅੰਦਰ ਆਤਮਾ ਨੂੰ ਹਲੂਣਾ ਮਾਰੋ ਕਿ ਪੰਜਾਬ ਹੁਣ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ, ਬੜਾ ਭਿਆਨਕ ਹੈ। ਇਕੱਠੇ ਹੋ ਜਾਓਗੇ, ਇੱਕ ਰਹੋਗੇ ਤਾਂ ਬਚ ਰਹੋਗੇ, ਨਹੀਂ ਇਕੱਲੇ ਇਕੱਲੇ ਨੂੰ ਕੱਢ ਕੱਢ ਕੇ ਨਖੇੜ ਨਖੇੜ ਕੇ ਕੁੱਟਣਗੇ ਵੀ, ਮਾਰਨਗੇ ਵੀ, ਦੱਬਣਗੇ ਵੀ, ਤੁਹਾਡੇ ਤੇ ਰਾਜ ਵੀ ਕਰਨਗੇ। ਇਹ ਗੱਲ ਇਹਨਾਂ ਨੇ ਅੱਗੇ ਚੱਲਣੀ ਹੈ, ਤੇ ਲੜਾਈਆਂ ਪੰਜਾਬ ਨੇ, ਪੰਜਾਬ ਦੇ ਲੋਕਾਂ ਨੇ ਹਲੇ ਹੋਰ ਬਹੁਤ ਲੜਦੀਆਂ ਨੇ, ਇਹਦਾ ਸ਼ੁਰੂਆਤਾਂ ਨੇ ਹਲੇ, ਬਸ ਸਮਝੋ ਅਸਲ ਗੱਲ। ਮੈਂ ਅਖੀਰ 'ਚ ਉਹੀ ਕਹੂੰਗਾ ਕਿ ਉਹ ਤੁਹਾਡੀ ਪਹਿਚਾਣ ਨੂੰ, ਤੁਹਾਡੇ ਵਜੂਦ ਨੂੰ, ਤੁਹਾਡੀ ਹੋਂਦ ਨੂੰ ਖਤਮ ਕਰ ਦੇਣਾ ਚਾਹੁੰਦੇ ਇਸ ਪੰਜਾਬ ਦੀ ਧਰਤੀ ਤੋਂ, ਤੇ ਇਹ ਚਾਲਾਂ ਦੁਸ਼ਮਣ ਲਗਾਤਾਰ ਪਿਛਲੇ 70-80 ਸਾਲ ਤੋਂ ਚੱਲ ਰਿਹਾ। ਇਹਦਾ ਕੌਮ ਹੀ ਤਕੜੀ ਆ, ਲੋਕ ਹੀ ਤਕੜੇ ਆ ਕਿ ਲੜ ਕੇ ਮਾਰਾਂ ਖਾ ਕੇ ਫਿਰ ਉੱਠ ਖੜੇ ਹੋਏ ਆ। ਸੋ ਆਓ, ਆਉਣ ਵਾਲਾ ਸਮਾਂ ਇਹਨਾਂ ਲੋਕਾਂ ਦਾ ਹੋਊਗਾ, ਜੇ ਲੋਕ ਇਕੱਠੇ ਹੋ ਕੇ ਸਮਝਦਾਰੀ ਨਾਲ ਲੜ ਪਏ ਤੇ ਆਪਣੇ ਜ਼ਮੀਰਾਂ ਨੂੰ ਜਗਾ ਲਿਆ ਤੇ ਅੰਦਰੋਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਇੱਕੋ ਹੀ ਸਾਡਾ ਹੋਕਾ ਹੋਊਗਾ ਵੀ ਨਹੀਂ ਹੋਏ, ਤੂੰ ਜਿਹੜਾ ਮਰਜ਼ੀ ਹੋਏਗਾ ਗੱਲ ਪੰਜਾਬ ਦੀ ਕਰ। ਗੱਲ ਜੇ ਪੰਜਾਬ ਦੀ ਹੋਊਗੀ ਤਾਂ ਪੰਜਾਬ ਤੋਂ ਹੀ ਚੱਲੂਗੀ, ਪੰਜਾਬ ਦੀ ਧਰਤੀ ਤੋਂ ਹੀ ਚੱਲੂਗੀ, ਕੋਈ ਦਿੱਲੀ ਵਾਲਾ, ਕੋਈ ਬੰਬੇ, ਕੋਈ ਕਲਕੱਤੇ ਵਾਲਾ ਸਾਨੂੰ ਨਹੀਂ ਮਨਜ਼ੂਰ, ਅਸੀਂ ਪੰਜਾਬ ਦੇ ਲੋਕਾਂ ਨੂੰ ਤਰਜੀਹ ਦੇਵਾਂਗੇ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਅਸੀਂ ਬਾਈ ਦਿਨ ਰਾਤ ਜੋ ਮਰਜ਼ੀ ਬਾਜ਼ ਮਾਰ ਦਿਓ ਹਾਜ਼ਰ ਹਾਂ। ਕਈ ਵਾਰੀ ਪ੍ਰੋਗਰਾਮ ਟਲਿਆ ਪਹਿਲਾਂ ਆਉਣ ਦਾ ਬਣ ਕੇ, ਕਿਉਂਕਿ ਰੁਝੇਵੇਂ ਬਹੁਤ ਨੇ, ਕਦੇ ਕਿਤੇ ਜਾਣਾ ਪੈਂਦਾ, ਕਦੇ ਕਿਤੇ ਜਾਣਾ ਪੈਂਦਾ, ਕਈ ਕਈ ਰਾਤਾਂ ਬਾਅਦ ਮੁੜਦੇ ਹਾਂ ਘਰੇ, ਤੇ ਇਸ ਕਰਕੇ ਨਹੀਂ ਆਇਆ ਗਿਆ।
पर तुसी मैं तुहानू इह कहना चाहुंदा जिहड़ा जिहड़ा मर्जी होका दे दिओ इहनू अंदरों बंद करना है इहदी मशीनरी पटनी है उह की करना है आउण वाला समां तुहाडे ते आ एक गल होर मेरे याद आ गई संगरूर मैं धरने ते गए सी सारे इकट्ठे होके जिहड़े बेचारे पुलिस वाले मुंडे बैठे आ एंबूलेंस वाले बैठे आ कोरोने वाले बैठे आ असी बोल के आए वो जिहड़े जिहड़े जिलों के मुंडे कुड़ियां उत्थे बैठे आ वह एस एस पी उस जिले के ने मुलाजम ने घरे भेजते जने डराउण दे लई ओए उत्थे लखे तो की लैणा परचा करा दू ऐ करा दू आ करा दू ये मैं तुहानू तां दुआरे दस्सिया कि बड़े ढंग तरीके अपनाउणगे आउण वाले असी दिल्ली देखिया कि दिल्ली सरकार ने अपने लोगों नू खड़ाउण दे लई उन्हां च फर्क पाउण दे लई उह घोल नू खत्म कराउण दे लई की चालां चलियां सो इत्थे भी होणा है सो मेरा वीर यही बेनती है डटे रहो दलेरी ना जुड़त ना एके नाल जित साडी होणी है धन्नवाद सारयां दा वाहिगुरू जी का खालसा वाहिगुरू जी की फतह।